ਆਪ ਛੋਟੂ ਕਿੰਨੇ ਪੈ ਗਏ? 75 ਰੁਪਏ ਬਣ ਗਿਆ ਵੀਰ। ਵੀਰ 75 ਰੁਪਏ ਕਾਹਦੇ? ਅੰਦਰ ਤੋਂ ਤੁਸੀਂ 35 ਰੁਪਏ ਲਿਖ ਕੇ ਲਾਇਆ। ਕੁਲਚਾ ਦੇ ਵੀਰ 35 ਦਾ ਹੀ ਆ, ਜਿਹੜੇ ਨਾਲ 35 ਦੇ ਛੋਲੇ ਖਾਏ ਉਹਦੇ ਪੈਸੇ। ਫਿਰ ਵੀ 35 ਦੂਣਾ 70 ਬਣਦੇ ਆ, ਤੁਸੀਂ 75 ਰੁਪਏ ਕਾਹਦੇ ਬਣਾ ਲਏ? ਪੰਜਾਂ ਦੀ ਖਲੋਤੇ ਖਲੋਤੇ 100 ਫਾ ਗਏ। ਵੀਰ ਮੇਰੇ ਤੋਂ 50 ਰੁਪਏ ਆ, ਲੈਣੇ ਤੇ ਲੈ ਲਾ, ਨਹੀਂ ਤੇ ਇਹ ਵੀ ਨਹੀਂ ਦੇਣੇ। ਪਤਾ ਨਹੀਂ ਕਿੱਥੋਂ ਆ ਜਾਂਦੇ ਮੂਡ ਖਰਾਬ ਕਰਨ, ਸਵੇਰੇ ਸਵੇਰੇ ਬੋਣੀ ਦਾ ਟਾਈਮ। ਅੱਗ ਮਚਣ ਨਹੀਂ ਗਈ ਚੱਜ। ਉਹ ਕੀ ਹਾਲ ਛੋਟੂ? ਵਧੀਆ ਉਸਤਾਦ ਜੀ। ਉਸਤਾਦ ਨੂੰ ਮੈਂ ਤੈਨੂੰ ਮੋਟਰਾਂ ਬਣਨ ਦੀ ਯਾਦ ਦੱਸੀ ਆ। ਉਹ ਬੀਬੇ ਨੂੰ ਦੇਖਣੀ ਅੱਜ ਕਿੱਥੇ ਗਈ ਆ? ਉਹ ਵੀ ਵਿਹਲੀ ਇੱਥੇ ਕਿੱਦਾਂ ਰਿਸ਼ਤਾ ਕਰਾਉਣ ਗਈ ਆ ਕਿ। ਅੱਛਾ ਬੀਬੀ ਰਿਸ਼ਤੇ ਵੀ ਕਰਾ ਦਿੰਦੀ ਆ? ਆਹੋ ਜਦੋਂ ਤੇਰੀ ਅਰਗੀ ਚਵਲ ਦਾ ਨਹੀਂ ਹੁੰਦਾ ਆਣ ਕੇ ਉਹ ਬੀਬੀ ਦੇ ਗੋਡੇ ਫੜ ਲੈਂਦੇ। ਜਾ ਭਰਾ ਕੰਮ ਕਰ, ਅਜੇ ਮੈਂ ਤੇ ਕੱਲ ਕੁੜੀ ਵੇਖ ਕੇ ਆਇਆ ਵਾਂ। ਕਿੱਦਾਂ ਬਣ ਗਈ ਫੇ ਗੱਲ? ਨਹੀਂ ਯਾਰ ਗੱਲ ਨਹੀਂ ਬਣੀ। ਜਿੱਦਾਂ ਦਾ ਤੇਰਾ ਮੂੰਹ ਗੱਲ ਬਣੀ ਵੀ ਨਹੀਂ ਆ। ਕੀ ਮਤਲਬ ਤੇਰਾ ਕਹਿਣ ਦਾ? ਘਰਦਿਆਂ ਨੂੰ ਕਹਿ ਵਿਆਹ ਰਹਿਣ ਦੋ, ਸਿੱਧਾ ਕਾਠੀ ਕਰਿਓ ਨਾਲੇ ਪੈਸੇ ਬਾਜੂਗੇ। ਉਹ ਕੀ ਗੱਲ, ਸਕੂਲੇ ਨਹੀਂ ਗਿਆ? ਉਹ ਮੈਂ ਤੇ ਸਕੂਲੇ ਜਾਣਾ ਸੀ, ਉਹਨਾਂ ਐਤਵਾਰ ਸਕੂਲ ਹੀ ਨਹੀਂ ਖੋਲਿਆ। ਅੱਜ ਐਤਵਾਰ ਆ? ਕਿਉਂ ਤੇਰਾ ਸਿਰ ਚ ਸੱਟ ਲੱਗੀ ਆ? ਉਹ ਨਹੀਂ ਯਾਰ ਰਾਤ ਸੁੱਤਾ ਨਹੀਂ ਚੰਗੀ ਤਰ੍ਹਾਂ, ਤਾਂ ਕਰਕੇ ਪਤਾ ਨਹੀਂ ਲੱਗਾ। ਕਿਉਂ ਮਾਸਟਰ ਸਲੀਮ ਨਾਲ ਜਗਰਾਤੇ ਤੇ ਗਿਆ ਸੀ? ਉਹ ਤੂੰ ਇਹ ਗੱਲਾਂ ਸਾਡੇ ਕੁਲਚਾ ਦਾ? ਮੈਂ ਗੱਲਾਂ ਫੜੀਆਂ ਵੀ ਕਦੋਂ ਆ? ਸਵਾਦ ਤੇ ਤੂੰ ਆਣ ਕੇ ਲੈਣ ਡਿਆ, ਮੈਂ ਤੇ ਆਪਣਾ ਅਰਮਾਨ ਨਾਲ ਕੰਮ ਕਰਨ ਡਿਆ ਵਾਂ। ਆਪਣੇ ਕੋਲ ਕੁਲਚਾ ਕਿਹੜਾ ਵਾ? ਕੁਲਚਾ ਆਪਣੇ ਕੋਲ ਪਾ ਅੰਬਰਸਰੀ। ਆ ਜਿਨ੍ਹਾਂ ਨੂੰ ਕਾਲਾ ਕੀਤਾ ਵਾ ਅੰਬਰਸਰੀ ਘੱਟ, ਤਾਂ ਜਲੰਧਰ ਸਰੀ ਜ਼ਿਆਦਾ ਲੱਗਣ ਡਿਆ ਵਾ। ਉਹ ਭਾ ਇਹਨੂੰ ਸੇਕ ਜ਼ਿਆਦਾ ਲੱਗ ਗਿਆ, ਤਾਂ ਕਰਕੇ ਇਹਨੂੰ ਸਾਈਡ ਤੇ ਹੀ ਰੱਖਿਆ ਵਾ। ਸੇਕ ਤੇ ਤੈਨੂੰ ਵਾਵਾ ਲੱਗਾ ਜ਼ਿਆਦਾ, ਤੰਦੂਰ ਤੋਂ ਸਾਈਡ ਹੀ ਰਿਹਾ ਕਰ ਮਸਾ। ਤੂੰ ਵੀ ਮਸਾ ਪਰੇ ਹੋ ਗਏ ਗੱਲ ਕਰਕੇ, ਤੇ ਤੈਨੂੰ ਨਾ ਪੈਰੇ ਸੇਕ। ਉਹ ਇਹਨੂੰ ਬੜੇ ਸੰਗਲ ਮਾਰੇ, ਕੀ ਗੱਲ ਢੁੱਡਾ ਮਾਰਦਾ ਹੈ? ਰਾਤ ਨੂੰ ਤੇਰੇ ਅੜਕੇ ਚੋਰ ਬੜੇ ਫਿਰਦੇ ਆ, ਤਾਂ ਮਾਰੇ। ਆਪਣੇ ਕੋਲ ਦੂਜਾ ਕੁਲਚਾ ਹੈਗਾ? ਕਿਹੜਾ, ਆਲੂ ਵਾਲਾ? ਉਹ ਨਹੀਂ ਦੂਜਾ। ਦੂਜਾ ਕਿਹੜਾ, ਚਮੜੇ ਦਾ? ਉਹ ਨਹੀਂ ਭਰਾ, ਪਨੀਰ ਵਾਲੇ ਦੀ ਗੱਲ ਕਰਨੇ ਆ ਵਾਂ। ਉਹ ਪਾ ਤੂੰ ਲੇਟ ਹੋ ਗਿਆ, ਪਨੀਰ ਵਾਲਾ ਹੈਗਾ ਤੇ ਸਹੀ, ਪਰ ਖਤਮ ਹੋ ਗਿਆ। ਖਤਮ ਹੋ ਗਿਆ, ਚੱਲ ਇਦਾਂ ਕਰ ਫਿਰ ਇੱਕ ਆਲੂ ਵਾਲਾ ਕਰ ਦੇ। ਆਲੂ ਵਾਲਾ ਕਰ ਦਿੰਦੇ। ਅਬੇ ਆਪਣੇ ਕੋਲ ਮੱਖਣ ਕਿਹੜਾ ਵਾ? ਮੱਖਣ ਆਪਣੇ ਕੋਲ ਬਿੱਲੇ ਦਾ। ਅਮੂਲ ਦਾ ਤੇ ਸੁਣਿਆ, ਵੇਰਕੇ ਦਾ ਸੁਣਿਆ, ਬਿੱਲੇ ਦਾ ਮੱਖਣ ਕਿਹੜਾ ਆ ਗਿਆ? ਉਹ ਸਾਡੇ ਘਰ ਦੇ ਨਾਲ ਹੀ ਡੇਰੀ ਆ, ਉੱਥੋਂ ਲੈ ਆਈਦਾ। ਬਹੁ ਬਾਈ 5 ਮਿੰਟ ਚ ਆ ਗਏ। ਚੱਲ ਤੂੰ ਇਦਾਂ ਕਰ ਪਾ ਕੇ ਰੱਖ, ਫਿਰ ਮੈਂ ਮਹਿਤੀ ਆਵਾਂ। ਤੂੰ ਪਹਿਲਾਂ ਮਹਿਤੀ ਹੀ ਹੋਣਾ ਸੀ, ਫੇਰ ਹੀ ਕਰਾਉਣੇ ਸੀ ਆਣ ਕੇ। ਮੈਂ ਕਿਹਾ ਖਤਮ ਹੀ ਨਾ ਹੋਏ, ਪਹਿਲਾਂ ਕਰਵਾਈ ਜਾਵਾਂ। ਉਹ ਪਾ ਘੰਟਾ ਹੋ ਗਿਆ, ਤੈਨੂੰ ਦਿਮਾਗ ਚੱਟ ਦੇਣੂ। ਚੰਗੀ ਚਾਹੁੰਦਾ ਤੇ ਤੁਰ ਜਾ ਇੱਥੋਂ, ਨਹੀਂ ਤੇ ਆ ਸੀਖਾਂ ਦੀਦੀਆਂ ਨਾ।